ਮੋਟਿਆ ਜਿਆ ਬਾਲ ਬੈਗ ਬਾਲ ਬੋ ਹਾ ਹੈਗਾ ਵਾ ਠੀਕ ਕਰਨਾ ਆਪਦੇ ਪਿਆਰ ਨੂੰ ਕਿਤੇ ਜਗਾ ਵੀ ਲਾ ਕਰ ਮੈਂ ਖੰਡ ਮੰਗੀ ਸੀ ਤੂੰ ਆਟਾ ਪਾ ਤਾ ਅੱਜ ਵੱਡੇ ਹੋ ਕੇ ਕੀ ਬੰਨਣਾ ਐ ਐਕਟਰ ਬੰਨਣਾ ਐ ਡਾਇਰੈਕਟਰ ਬੰਨਣਾ ਐ ਜਾਂ ਹੋਰ ਕੁਝ ਸੋਚਿਆ ਐ ਮੈਂ ਕਮੇਡੀਅਨ ਐਕਟਰ ਬੰਨਣਾ ਚਾਹੁੰਦਾ ਕਰਨ ਜਿੱਦਨ ਮੋਰਲ ਸਰ ਨੂੰ ਉਹ ਬਹੁਤ ਹਸਾਉਂਦੇ ਨੇ ਉਹਨਾਂ ਦੀਆਂ ਫਿਲਮਾਂ ਵੀ ਬਹੁਤ ਵਧੀਆ ਹੁੰਦੀਆਂ ਨੇ ਵੱਡੇ ਪਰਦੇ ਤੇ ਤੁਸੀਂ ਹੁਣ ਬਹੁਤ ਜਲਦ ਨਜ਼ਰ ਆਓਗੇ ਤੇ ਕਿਹੜੀ ਫਿਲਮ ਚਾਹ ਰਹੇ ਹੋ ਤੁਸੀਂ ਜਿਨੇ ਮੇਰਾ ਘਰ ਪਟਿਆ ਕੀ ਰੋਲ ਕੀਤਾ ਤੁਹਾਡਾ ਫਿਲਮ ਦੇ ਵਿੱਚ ਮੈਂ ਕਰਮਜੀਤ ਨੂੰ ਮੋਰ ਸਰ ਦਾ ਬੇਟਾ ਬਣਿਆ ਸੀ ਉਹਦੇ ਚ ਉਹ ਮੋਟੇ ਪਹਿਲਾ ਲੂ ਦੁਨੀਆ ਦਾ ਕਿੱਥੇ ਪਾਇਆ ਗਿਆ ਸੀ ਉਹ ਮੈਨੂੰ ਤੁਹਾਡੀ ਪਤਾ ਤੂੰ ਦੱਸ ਦੇ ਚੌੜੀਆਂ ਨਾਲ ਸਾਲਿਆ ਧਰਤੀ ਦੇ ਥੱਲੇ ਪਾਇਆ ਗਿਆ ਸੀ ਲੇ ਛੋਟੇ ਪਰਦੇ ਤੇ ਹੁਣ ਵੱਡੇ ਪਰਦੇ ਤੇ ਵੱਡੀ ਸਕਰੀਨ ਤੇ ਨਜ਼ਰ ਆਊਗੀ ਕੀ ਫਰਕ ਕੀ ਲੱਗਿਆ ਫਰਕ ਉਹ ਵੱਡਾ ਹੁੰਦਾ ਵਾ ਕੈਮਰਾ ਛੋਟਾ ਹੁੰਦਾ ਉਹ ਵੱਡਾ ਹੁੰਦਾ ਵੱਡਾ ਪਰਦਾ ਵੱਡਾ ਹੁੰਦਾ ਛੋਟਾ ਪਰਦਾ ਛੋਟਾ ਹੁੰਦਾ ਹਾਂਜੀ ਇੰਨਾ ਕੀ ਫਰਕ ਲੱਗਿਆ ਫਿਲਮ ਦੀ ਤਿਆਰੀ ਕਿਦਾਂ ਕਰਵਾਤੀ ਤੁਸੀਂ ਹਾਂਜੀ ਕੁਝ ਨਹੀਂ ਸਰ ਬਾਸ ਉਹਨਾਂ ਦਾ ਫੋਨ ਆਇਆ ਜੀ ਦਾਦ ਜੀ ਉਹਨਾਂ ਨੇ ਕਾਲ ਕੀਤੀ ਤੇ ਇੱਕਦਾਂ ਮੈਂ ਦੱਸਾ ਉਹ ਕਹਿੰਦੇ ਪਰਸੋਂ ਤੋਂ ਸ਼ੂਟਿੰਗ ਸ਼ੁਰੂ ਆ ਪੱਸੋ ਤੁਸੀਂ ਆਉਣਾ ਵਾ ਬਹੁਤ ਨਰਵਸ ਸੀ ਭਾਜੇ ਪਹਿਲੇ ਦਿਨ ਅਸੀਂ ਸੈੱਟ ਤੇ ਗਏ ਤੇ ਉਹਨਾਂ ਨੇ ਵੀ ਰਾਈਟਰ ਨੇ ਬੰਲਾ ਡਾਇਲੋਗਸ ਥੋੜੇ ਲਿਖੇ ਸੀਗੇ ਉਸ ਤੋਂ ਬਾਅਦ ਇੱਕ ਦੋ ਦਿੱਤੇ ਤੇ ਉਹਨੇ ਫਿਰ ਵਧਾਤੇ ਉਹ ਕਹਿੰਦਾ ਵੀ ਬਸ ਠੀਕ ਹੈ ਉਹਨਾਂ ਨੂੰ ਕੰਮ ਬਹੁਤ ਵਧੀਆ ਲੱਗਿਆ ਇਹ ਨੂਰ ਬਿਲਕੁਲ ਵੀ ਨਰਵਸ ਨਹੀਂ ਹੋਇਆ ਦੇਖਿਆ ਨਹੀਂ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਿੰਦਰ ਲੱਕੀ ਖੁਸ਼ਪ੍ਰੀਤ ਕੌਰ ਨੂਰ ਸਭ ਉਹਨੂੰ ਜਾਣਦੇ ਨੇ ਟਿਕਟੌਕ ਤੇ ਬੜੇ ਫੇਮਸ ਹੋਈ ਸੀ ਤੇ ਹੁਣ ਇਸ ਸਮੇਂ ਵੱਡੇ ਪਰਦੇ ਤੇ ਆ ਰਹੇ ਨੇ ਤੇ ਸਾਡੇ ਨਾਲ ਨੂਰ ਮੌਜੂਦ ਹੈ ਗੱਲਬਾਤ ਕਰਦੇ ਹਾਂ ਨੂਰ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਸੋਸੀ ਕਹਿ ਲੀ ਜੀ ਸਾਰਾ ਨੇ ਮੇਰੇ ਵੱਲੋਂ ਅੱਛਾ ਨੂਰ ਮੈਂ ਗੱਲ ਕਰ ਰਿਹਾ ਸੀਗਾ ਵੱਡੇ ਪਰਦੇ ਤੇ ਤੁਸੀਂ ਹੁਣ ਬਹੁਤ ਜਲਦ ਨਜ਼ਰ ਆਓਗੇ ਤੇ ਕਿਹੜੀ ਫਿਲਮ ਚਾ ਰਹੇ ਹੋ ਤੁਸੀਂ ਜਿਨੇ ਮੇਰਾ ਘਰ ਪਟਿਆ ਜਿਨੇ ਮੈਨੂੰ ਮਾਰ ਸੁਟਿਆ ਹੋ ਹੋ ਅੱਛਾ ਕਿਦਾਂ ਦਾ ਤੁਹਾਡਾ ਚ ਕਿਰਦਾਰ ਹੈ ਫਿਰ ਹਾਂਜੀ ਕੀ ਰੋਲ ਕੀ ਹੈ ਤੁਹਾਡਾ ਫਿਲਮ ਦੇ ਵਿੱਚ ਮੈਂ ਕਰਮਜੀਤਨ ਮੋਲ ਸਰ ਹਣਾ ਦਾ ਬੇਟਾ ਬਣਿਆ ਸੀ ਉਹਦੇ ਚ ਅੱਛਾ ਫਿਲਮ ਦੇ ਵਿੱਚ ਹੋਰ ਕੌਣ ਕੌਣ ਐਕਟਰਸ ਨੇ ਕਿਹੜੇ ਕਿਹੜੇ ਐਕਟਰਸ ਨੇ ਨਾਮ ਬਤਾ ਸਭ ਕਰਮਜੀਤਨ ਮੋਲ ਸਰ ਨੇ ਨਿਸ਼ਾ ਬਾਨੋ ਮੈਮ ਨੇ ਰਪਿੰਦਰ ਰੁੱਪੀ ਮੈਮ ਨੇ ਮਲਕੀ ਤਰਾਣੀ ਸਰ ਨੇ ਤੇ ਕਦੋਂ ਕ ਰਿਲੀਜ਼ ਹੋਊਗੀ ਫਿਲਮ ਕੁਝ ਹੈ ਆਈਡੀਆ ਜਾਂ ਹਲੇ ਨਹੀਂ ਹਜੇ ਤਾਂ ਐਡਿਟ ਬਗਾਰੇ ਕਰਦੇ ਪੈ ਰਹੇ ਨੇ ਅਜੇ ਕਿਦਾਂ ਦਾ ਮਾਹੌਲ ਰਿਹਾ ਮਤਲਬ ਕਿ ਜੇ ਮੈਂ ਗੱਲ ਕਰ ਰਹੀ ਸੀਗਾ ਪਹਿਲੇ ਛੋਟੇ ਪਰਦੇ ਤੇ ਹੁਣ ਵੱਡੇ ਪਰਦੇ ਤੇ ਵੱਡੀ ਸਕਰੀਨ ਤੇ ਨਜ਼ਰ ਆਊਗੀ ਕੀ ਫਰਕ ਕੀ ਲੱਗਿਆ ਫਰਕ ਉਹ ਵੱਡਾ ਹੁੰਦਾ ਵਾ ਕੈਮਰਾ ਛੋਟਾ ਹੁੰਦਾ ਉਹ ਵੱਡਾ ਹੁੰਦਾ ਵੱਡਾ ਪਰਦਾ ਵੱਡਾ ਹੁੰਦਾ ਛੋਟਾ ਪਰਦਾ ਛੋਟਾ ਹੁੰਦਾ ਹਾਂਜੀ ਇੰਨਾ ਕੀ ਫਰਕ ਲੱਗਿਆ ਅੱਛਾ ਉੱਥੇ ਇੰਨੇ ਵੱਡੇ ਪਰਦੇ ਤੇ ਜਦੋਂ ਆਉਂਗੇ ਜਦੋਂ ਸ਼ੂਟਿੰਗ ਚੱਲਦੀ ਸੀ ਲੋਕ ਕੀ ਕਹਿੰਦੇ ਹੁੰਦੇ ਸੀਗੇ ਉੱਥੇ ਦੇਖਦੇ ਹੋਣੇ ਵੀ ਉੱਥੇ ਨਰਵਸ ਤਾਂ ਨਹੀਂ ਹੋਏ ਇੱਥੇ ਜਾ ਕੇ ਨਹੀਂ ਬਿਲਕੁਲ ਨਹੀਂ ਤੇ ਤੁਹਾਡੇ ਮਮਾ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮੈਡਮ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਡੇਲੀ ਪੋਸਟ ਪੰਜਾਬੀ ਹਾਂਜੀ ਥੈਂਕ ਯੂ ਸਰ ਮਸਤੀ ਕਾਲ ਜੀ ਨੂਰ ਨਾਲ ਗੱਲ ਕਰ ਰਹੇ ਸੀਗੇ ਇੰਨੀ ਤਿਆਰੀ ਤੁਸੀਂ ਜਿਹੜੀ ਹੈਗੀ ਫਿਲਮ ਦੀ ਤਿਆਰੀ ਕਿੱਦਾਂ ਕਰਵਾਤੀ ਤੁਸੀਂ ਇਸ ਨੂੰ ਤਿਆਰੀ ਕੁਝ ਨਹੀਂ ਸਰ ਬੱਸ ਉਹਨਾਂ ਦਾ ਫੋਨ ਹੈ ਅੱਜ ਦਾਜ ਉਹਨਾਂ ਨੇ ਕਾਲ ਕੀਤੀ ਤੇ ਇੱਕਦਾਂ ਹੀ ਦੱਸਤਾ ਉਹ ਕਹਿੰਦੇ ਪਰਸੋ ਤੋਂ ਸ਼ੂਟਿੰਗ ਸ਼ੁਰੂ ਆ ਪਰਸੋ ਤੁਸੀਂ ਆਉਣਾ ਵਾ ਜੇ ਅਸੀਂ ਥੋੜਾ ਨਰਵਸ ਹੋਏ ਸੀ ਕਿ ਪਹਿਲੀ ਆ ਵੱਡੇ ਕੈਮਰੇ ਪਰਦਾ ਵੱਡਾ ਹੈ ਨਾ ਤੇ ਲੋਕ ਵੀ ਹੋਣਗੇ ਵੀ ਨੂਰ ਕਿਵੇਂ ਕਰੂਗਾ ਬਹੁਤ ਨਰਵਸ ਸੀ ਭਾਜ ਜਦ ਪਹਿਲੇ ਦਿਨ ਅਸੀਂ ਸੈੱਟ ਤੇ ਗਏ ਤੇ ਉਹਨਾਂ ਨੇ ਵੀ ਰਾਈਟਰ ਨੇ ਬੰਲਾ ਡਾਇਲੋਗਸ ਥੋੜੇ ਲਿਖੇ ਸੀਗੇ ਉਸ ਤੋਂ ਬਾਅਦ ਇੱਕ ਦੋ ਦਿੱਤੇ ਤੇ ਉਹਨੇ ਫਿਰ ਵਧਾਤੇ ਉਹ ਕਹਿੰਦਾ ਵੀ ਬਸ ਠੀਕ ਹੈ ਉਹਨਾਂ ਨੂੰ ਕੰਮ ਬਹੁਤ ਵਧੀਆ ਲੱਗਿਆ ਇਹ ਨੂਰ ਬਿਲਕੁਲ ਵੀ ਨਰਵਸ ਨਹੀਂ ਹੋਇਆ ਦੇਖਿਆ ਨਹੀਂ ਬਹੁਤ ਆਸ-ਪਾਸ ਲੋਕ ਹੁੰਦੇ ਸੀ ਫੋਟੋ ਕਰਾਉਣ ਆਲੇ ਬਹੁਤ ਹੁੰਦੇ ਸੀਗੇ ਬਹੁਤ ਜਿਆਦਾ ਸਿਆਣਦੇ ਸੀਗੇ ਲੋਕ ਬਹੁਤ ਜਿਆਦਾ ਇੰਜੋਏ ਕੀਤਾ ਨੂਰ ਨੇ ਫੁੱਲ ਇੰਜੋਏ ਕੀਤਾ ਉੱਥੇ ਮੈਂ ਦੁਬਾਰਾ ਜਾਂ ਅੰਦਰ ਚੀਜ਼ ਵੀ ਕਰਦੇ ਜੇਕਰ ਤੁਸੀਂ ਕਹਿੰਦਾ ਮੈਂ ਉੱਥੇ ਹੀ ਰਹਿ ਗੋਣ ਅੱਛਾ ਅੱਛਾ ਅਗਲੀ ਫਿਲਮ ਲਈ ਆਫਰ ਆ ਗਈ ਫਿਰ ਹਾਂਜੀ ਕਹਿੰਦੇ ਆ ਕਰਮਜੀਤ ਅਮੋਲ ਸਰ ਹਜੇ ਤਾਂ ਨਿਰਲੀ ਜੋ ਉਹ ਬਾਹਰ ਸ਼ੂਟ ਕਰਨ ਗਏ ਹਨ ਤਾਂ ਅੱਛਾ ਕਰਮਜੀਤ ਅਮੋਲ ਸਰ ਨੂੰ ਆਪਾਂ ਜਦੋਂ ਦੇਖਦੇ ਆ ਪਰਦੇ ਤੇ ਦੇਖਦੇ ਆ ਬੜੇ ਹਸਾਉਂਦੇ ਬੋਤ ਨੇ ਤੇ ਸ਼ੂਟਿੰਗ ਤੇ ਵੀ ਫਿਰ ਉੱਥੇ ਇਸੇ ਤਰ੍ਹਾਂ ਹੀ ਮਾਹੌਲ ਸੀਗਾ ਹਾਂਜੀ ਬਹੁਤ ਵਧੀਆ ਮਾਹੌਲ ਸੀਗਾ ਉਹਨਾਂ ਦੀ ਫਿਲਮਾਂ ਦੇ ਕਮੇਡੀਅਨ ਹੁੰਦੀਆਂ ਉਹ ਵੀ ਕਮੇਡੀਅਨ ਨੇ ਉੱਥੇ ਬਹੁਤ ਬਦਿਆਨ ਲੱਗਾ ਮੈਨੂੰ ਜਾ ਕੇ ਅੱਛਾ ਮੈਮ ਇੱਕ ਚੀਜ਼ ਪੁੱਛਣਾ ਚਾਹਾਂਗੇ ਹਾਲੇ ਨੂਰ ਪੜਦੇ ਨੇ ਤੇ ਸਕੂਲ ਦੇ ਵਿੱਚ ਪੜਾਈ ਦੇ ਵਿੱਚ ਕੋਈ ਡਿਸਟਰਬੈਂਸ ਹੁੰਦੀ ਐ ਇਸ ਚੀਜ਼ ਨਾਲ ਫਿਰ ਨਹੀਂ ਨਹੀਂ ਸਰ ਉਹ ਪੜਾਈ ਦੇ ਵਿੱਚ ਕੁਝ ਨਹੀਂ ਹੁੰਦਾ ਕਿਉਂਕਿ ਬਹੁਤ ਜ਼ਿਆਦਾ ਪੜਾਈ ਵੱਲ ਵੀ ਉਹਨਾਂ ਹੀ ਧਿਆਨ ਦਿੰਦਾ ਕਿ ਹੁੰਦਾ ਵੀ ਬੱਚਾ ਵੀਡੀਓ ਵੱਲ ਜ਼ਿਆਦਾ ਹੁਣ ਆਉਂਦਾ ਟਿਊਸ਼ਨ ਵੀ ਜਾਂਦਾ ਐ ਪਹਿਲਾ 2 ਵਜੇ ਸਕੂਲ ਤੋਂ ਆਉਂਦਾ ਉਸ ਤੋਂ ਬਾਅਦ ਟਿਊਸ਼ਨ ਜਾਂਦਾ ਟਿਊਸ਼ਨ ਤੋਂ ਬਾਅਦ ਆ ਕੇ ਫਿਰ ਵੀਡੀਓ ਬਣਾਉਣ ਜਾਂਦਾ ਮੋਕੇ ਸਟੱਡੀ ਵੀ ਜ਼ਰੂਰੀ ਹੈ ਨਾ ਪੜ੍ਹਾਈ ਦਾ ਵੀ ਉਹਨੇ ਖਿਆਲ ਰੱਖੀ ਜਾਂ ਨਾਲ ਅੱਛਾ ਨੂਰ ਸਕੂਲ ਚ ਟੀਚਰ ਕੀ ਕਹਿੰਦੇ ਹੁੰਦੇ ਨੇ ਫਿਰ ਵੀ ਅ ਛੁੱਟੀ ਮਾਰਨੀ ਹੈ ਮਾਰ ਲਓ ਕੋਈ ਡਾਣ ਦੇ ਤਾਂ ਨਹੀਂ ਟੀਚਰ ਨੂ ਬਿਲਕੁਲ ਨਹੀਂ ਡਾਂਟਦੇ ਅੱਛਾ ਹਾਂਜੀ ਸਕੂਲ ਦੇ ਵਿੱਚ ਬੈਸਟ ਫਰੈਂਡ ਕੌਣ ਹੈ ਫਿਰ ਅੱਛਾ ਬੈਂਚ ਕਿਹਦੇ ਨਾਲ ਸ਼ੇਅਰ ਕਰਦੇ ਹੋ ਨਾਲ ਜਿੱਥੇ ਤੁਸੀਂ ਡੈਸਕ ਰਿਵੈਟ ਦਿਓ ਮੈਂ ਚੇਂਜ ਕਰ ਲੈਂਦਾ ਤੇ ਕੋਈ ਯਾਦ ਨਹੀਂ ਨਹੀਂ ਆ ਰਿਹਾ ਫਰੈਂਡਸ ਤਾਂ ਦੋ ਆ ਕਿਤੇ ਅਮਨ ਦੋਆ ਐ ਕਮਨ ਹੈ ਕਸ਼ੂਤਾ ਕਿਤੇ ਇੱਕ ਦਿਨ ਅਮਨ ਨੂੰ ਭਾ ਲੈਦੇ ਇੱਕ ਦਿਨ ਮਸ਼ਮੀਤ ਅੱਛਾ ਤੇ ਹੋਰ ਕੀ ਕੀ ਕਰ ਰਹੇ ਹੋ ਮਤਲਬ ਕਿ ਜੇ ਆਪਾਂ ਕਹਿ ਲਈਏ ਫਿਲਮ ਦੀ ਸ਼ੂਟਿੰਗ ਬਾਅਦ ਚ ਫਿਰ ਜਿੰਨੇ ਸਟਡੀ ਨੂੰ ਕਿੰਨਾ ਕੁ ਟਾਈਮ ਦੇਣਾ ਪੈਂਦਾ ਫਿਰ ਜਾ ਕੇ ਟਾਈਮ ਤਾਂ ਬਹੁਤ ਦੇਣਾ ਪੈਂਦਾ ਬਹੁਤ ਦੇਣਾ ਪੈਂਦਾ ਟਾਈਮ ਪੜਾਈ ਔਖੀ ਲੱਗਦੀ ਹੈ ਕਿ ਸੌਖੀ ਲੱਗਦੀ ਹੈ ਸੌਖੀ ਹੈ ਪੜਾਈ ਤਾਂ ਅੱਛਾ ਮੈਂ ਤਾਂ ਪੜਾਈ ਵੀ ਵਧੀਆ ਲੱਗਦੀ ਆ ਤੇ ਕੰਮ ਕਰਨਾ ਵੀ ਵਧੀਆ ਲੱਗਦਾ। ਅਚਾ ਵਡੇ ਉਹ ਕੀ ਬੰਨਾ ਐ ਐਕਟਰ ਬੰਨਾ ਐ ਡਾਇਰੈਕਟਰ ਬੰਨਾ ਐ ਜਾਂ ਹੋਰ ਕੁਝ ਸੋਚਿਆ ਫਿਰ? ਮੈਂ ਕਮੇਡੀਅਨ ਐਕਟਰ ਬੰਨਾ ਚਾਹੁੰਦਾ ਕਰਨ ਜਿੱਤਨ ਮੋਲ ਸਰੰਗੂ। ਅੱਛਾ। ਉਹ ਬਹੁਤ ਹਸਾਉਂਦੇ ਨੇ ਉਹਨਾਂ ਦੀਆਂ ਫਿਲਮਾਂ ਵੀ ਬਹੁਤ ਵਧੀਆ ਹੁੰਦੀਆਂ ਨੇ। ਅਚਾ ਨੂਰ ਕੋਈ ਡਾਇਲੋਗ ਹੋ ਜੇ ਪਹਿਲਾਂ ਬੜੇ ਤੜਾੜੀ ਦੇਖੇ ਨੇ ਅੱਜ ਬਿਲਕੁਲ ਲਾਈਵ ਆਪਾਂ ਬੈਠੇ ਆ। ਹਾਂਜੀ ਥੈਂਕ ਯੂ। ਉਹ ਮੋਟਿਆ ਜਿਆ ਬਾਲ ਬਹਾਗੇ ਬਾਲ ਬੋ ਹਾ ਹੈਗਾ ਵਾ ਕੀ ਕਰਨਾ ਆਪਦੇ ਪਿਓ ਨੂੰ ਕਿਤੇ ਜਗਾ ਵੀ ਲਾ ਕਰ ਮੈਂ ਖੰਡ ਮੰਗੀ ਸੀ ਤੂੰ ਆਟਾ ਪਾ ਤਾ ਵਾਹ ਜੀ ਇੱਕ ਹੋਰ ਹਾਂਜੀ ਜ਼ਰੂਰ ਜੀ ਉਹ ਮੋਟੇ ਪਹਿਲਾ ਆਲੂ ਦੁਨੀਆਂ ਦਾ ਕਿੱਥੇ ਪਾਇਆ ਗਿਆ ਸੀ ਅ ਉਹ ਮੈਨੂੰ ਤੁਹਾਡੀ ਪਤਾ ਤੂੰ ਦੱਸ ਦੇ ਚੌੜੀਆਂ ਨਾਲ ਸਾਲਿਆ ਧਰਤੀ ਦੇ ਥੱਲੇ ਪਾਇਆ ਗਿਆ ਸੀ ਓਕੇ ਅਜਾ ਨੂੰ ਖੰਨੇ ਆਇਓ ਖੰਨੇ ਆ ਕਿ ਅੱਜ ਕੋਈ ਖਾਸ ਮਕਸਦ ਸੀ ਕਿ ਇੱਥੇ ਪਹੁੰਚੇ ਹੋ ਫਿਰ ਹਾਂਜੀ ਮੇਰੀ ਦੀਦੀ ਉਹਨਾਂ ਦਾ ਵੀਜ਼ਾ ਐ ਸੀ ਕਿ ਮੇਰੀ ਦੀਦੀ ਦਾ ਤੇ ਭੱਜਿਆ ਨਾਲ ਦਾ ਵੀਜ਼ਾ ਐ ਸੀਗਾ ਉਹਨਾਂ ਦਾ ਤੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਮੈਂ ਪਹਿਲਾਂ ਵੀ ਆਇਆ ਹੋਇਆ ਵਾ ਇੱਥੇ ਦੂਜੀ ਵਾਰ ਆ ਗਿਆ ਮੈਨੂੰ ਇੱਥੇ ਬਹੁਤ ਵਧੀਆ ਲੱਗਦਾ ਵਾ ਬਹੁਤ ਵਧੀਆ ਫੀਲ ਹੁੰਦਾ ਮੈਨੂੰ ਬਾਹਰ ਜਾਣ ਦਾ ਤੁਹਾਡਾ ਵੀ ਮਨ ਕਰਦਾ ਵੀ ਮੈਂ ਵੱਡੇ ਹੋ ਕੇ ਬਾਹਰ ਜਾਵਾਂ ਹਾਂਜੀ ਮੇਰਾ ਵੀ ਬਹੁਤ ਮਨ ਕਰਦਾ ਟਰੈਕਟਰ ਕਿਵੇਂ ਬਣੋਂਗੇ ਐਕਟਰ ਬਣ ਕੇ ਫਿਰ ਜਾਣਾ ਬਾਹਰ ਹਾਂਜੀ ਪਹਿਲੇ ਗੱਲ ਤਾਂ ਜਾਣਦੇ ਰਹਿਣਾ ਕਿਉਂਕਿ ਫਿਲਮ ਕਿਤੇ ਇੱਥੇ ਕਰ ਲਈ ਕਿਤੇ ਬਾਹਰ ਕਰ ਲਈ ਏਦਾਂ ਜਿੱਦਾਂ ਕਰਮਜੀਤ ਅਨਮੋਲ ਸਰ ਹੁਣੇ ਕਰਦਿਆ ਪਹਿਲਾਂ ਇੱਥੇ ਕਰ ਲਈ ਫਿਰ ਬਾਹਰ ਕਰ ਲਈ ਏਦਾਂ ਅੱਛਾ ਮੈਂ ਤੁਸੀਂ ਦੱਸ ਰਹੇ ਸੀਗੇ ਫਿਲਮ ਦੇ ਵਿੱਚ ਤੁਹਾਡਾ ਤੁਸੀਂ ਕਰਮਜੀਤ ਅਨਮੋਲ ਦੇ ਬੇਟੇ ਬਣੇ ਹੋ ਕਿੰਨਾ ਕੁ ਤੁਹਾਡਾ ਰੋਲ ਹੈ ਫਿਲਮ ਦੇ ਵਿੱਚ ਕਾਫੀ ਜ਼ਿਆਦਾ ਹੈ ਕਿ ਥੋੜਾ ਬਹੁਤ ਹੈ ਪਹਿਲਾ ਤਾਂ ਥੋੜਾ ਜਿਹਾ ਜਦੋਂ ਉਹਨਾਂ ਨੇ ਮੇਰੀ ਐਕਟਿੰਗ ਦੇਖ ਲਈ ਉਹ ਬਾਤ ਬਾਤ ਉਹਨਾਂ ਨੇ ਮੇਰਾ ਵਧਾਤਾ ਸੀਗਾ ਡਾਇਲੋਗਸ ਬੋਲਣੇ ਜਿਹੜੇ ਹੁੰਦੇ ਨੇ ਬੜੇ ਔਖੇ ਲੱਗਦੇ ਹੋਣੇ ਵੀ ਯਾਦ ਕਰਨਾ ਕਿ ਇੱਕ ਵਾਰੀ ਦੱਸੇ ਦੇ ਨਾਲ ਦੀ ਨਾਲ ਆਗੇ ਨਹੀਂ ਨਹੀਂ ਉਹ ਐਦਾਂ ਕਰਦੇ ਸੀ ਨਾ ਪਹਿਲਾਂ ਨਹੀਂ ਦੱਸਦੇ ਸੀ ਵੀ ਬੱਚਾ ਰਿਪੀਟ ਕਰ ਲੂਗਾ ਤਾਂ ਕਰਕੇ ਉਹ ਜਦੋਂ ਸ਼ੂਟ ਕਰਨਾ ਹੁੰਦਾ ਸੀ ਉਹਦੇ ਹੀ ਦੱਸਦੇ ਸੀਗੇ ਫਿਰ ਉਹਦੇ ਨਾਲ ਨੇ ਨਾਲ ਬੋਲਾ ਜਾਂਦਾ ਸੀ ਅੱਛਾ ਮੈਮ ਇੰਨੀ ਤਿਆਰੀ ਜਿਹੜੀ ਹੈਗੀ ਹੈ ਇੱਕ ਪਾਸੇ ਪੜ੍ਹਾਈ ਵੀ ਹੈ ਤੇ ਦੂਜੇ ਪਾਸੇ ਸ਼ੂਟਿੰਗ ਦੀ ਵੀ ਤੁਸੀਂ ਵੀ ਕੁਝ ਇਹਨੂੰ ਤਿਆਰੀ ਕਰਾਉਂਦੇ ਨੇ ਘਰ 'ਚ ਨਹੀਂ ਨਹੀਂ ਬਾਜੀ ਆਪਾਂ ਕੋਈ ਤਿਆਰੀ ਨਹੀਂ ਕਰਾਉਂਦੇ ਉਹ ਜੋ ਵੀ ਕਰਦਾ ਖੁਦ ਹੀ ਕਰ ਉਹ ਤਾਂ ਥੋੜਾ ਜਿਹਾ ਹੋ ਗਿਆ ਨਾ ਪਹਿਲਾਂ ਤਾਂ ਛੋਟਾ ਸੀਗਾ ਉਦੋਂ ਜ਼ਿਆਦਾ ਨਾ ਕਦੀ ਹੁਣ ਵੀ ਸੰਦੀਪ ਕਰਾਉਂਦਾ ਤੇ ਹੁਣ ਛੇਤੀ ਪਕੜ ਲਿੰਦਾ ਉਹ ਚੀਜ਼ ਜਿਹੜੇ ਡਾਇਲੋਗ ਦੱਸਦੇ ਨਾ ਉਹ ਇੱਕ ਦੋ ਵਾਰ ਜ਼ਿਆਦਾ ਰਿਪੀਟ ਨਹੀਂ ਕਰਨਾ ਪੈਂਦਾ ਸ਼ਾਰਮੈਂਡ ਹੈ ਪੂਰੀ ਹਾਂਜੀ ਪੂਰੀ ਤੇ ਕੀ ਲੱਗਦਾ ਵੀ ਆਉਣ ਜਿੱਦਾਂ ਜਿੱਦਾਂ ਵੱਡੀ ਏਜ ਹੋ ਰਹੀ ਹੈ ਤੇ ਅੱਗੇ ਹੋਰ ਵੀ ਜ਼ਿਆਦਾ ਇੰਪਰੂਵਮੈਂਟ ਹੋ ਜੂਗੀ ਫਿਰ ਹਾਂਜੀ ਹਾਂਜੀ ਹੋਰ ਹੀ ਸਾਰ ਅੱਗੇ ਨਾਲ ਤਾਂ ਕਾਪੀ ਅੱਗੇ ਚੱਲੋ ਦੇਖਦੇ ਹਾਂ ਕਿ ਕਿਸਮਤ ਦਾ ਅੱਗੇ ਨੂਰ ਨੇ ਕੀ ਬੰਨਾ ਕੀ ਨਹੀਂ ਹਾਂਜੀ ਤੇ ਬਹੁਤ ਚੰਗਾ ਲੱਗਿਆ ਨੂਰ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਹੋਰ ਕੁਝ ਕਹਿਣਾ ਚਾਹੋਗੇ ਕੁਝ ਰਹਿ ਗਿਆ ਨਹੀਂ ਨਹੀਂ ਬਸ ਬਸ ਅਜਾ ਫਿਲਮ ਬਾਰੇ ਕੁਝ ਹਾਂ ਕੀ ਕਹੋਗੇ ਦਰਸ਼ਕ ਜਿਹੜੇ ਹੁਣ ਤੁਹਾਨੂੰ ਦੇਖਣਗੇ ਕੀ ਕਹੋਗੇ ਦਰਸ਼ਕਾਂ ਨੂੰ ਹਾਂਜੀ ਸਾਰੇ ਜਾਣੇ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਅਤੇ ਚਲੋ ਉਹਦਾ ਨਾਮ ਫੇਰ ਦੱਸ ਦੋ ਦਰਸ਼ਕਾਂ ਨੂੰ ਜਿਨੇ ਮੇਰਾ ਘਰ ਪਟਿਆ ਹੋ ਹੋ ਜਿਨੇ ਮੈਨੂੰ ਮਾਰ ਸੁਟਿਆ ਹੋ ਹੋ ਫਿਲਮ ਦਾ ਨਾਮ ਆ ਤੇ ਸਾਰੇ ਜਣੇ ਜ਼ਰੂਰ ਦੇਖਿਓ ਥੈਂਕ ਯੂ ਸੋ ਮਚ ਬਹੁਤ ਬਤਨ ਮਤੜਾ ਨੂਰ ਸਾਢੇ 4:3 ਗੱਲਬਾਤ ਕਰ ਲਈ ਤਾਂ ਨੂਰ ਦੀ ਫਿਲਮ ਆ ਰਹੀ ਹੈ ਵੱਡੇ ਪਰਦੇ ਤੇ ਬਹੁਤ ਜਲਦੀ ਤੁਹਾਨੂੰ ਨਜ਼ਰ ਆਣਗੇ ਕਰਮਜੀਤ ਅਨਮੋਲ ਦੇ ਨਾਲ ਇਹਨਾਂ ਨੇ ਜਿਹੜੀ ਹੈਗੀ ਫਿਲਮ ਕੀਤੀ ਹੈ ਅਮੀਦ ਕਰਦੇ ਆਂਗੇ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇ ਅੱਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਅਖਵਿੰਦ ਲਕੀ ਡੇਲੀ ਪੋਸਟ ਪੰਜਾਬੀ ਖੰਨਾ